ਜੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਥੋੜਾ ਜਿਹਾ ਸਮਾਂ ਮਿਲਿਆ ਹੈ, ਸਾਰੇ ਬੁਲਾਰੇ ਬੋਲ ਰਹੇ ਨੇ ਤੇ ਵਾਹਿਗੁਰੂ ਥੋੜੀ ਜਿਹੀ ਸ਼ਾਂਤੀ, ਥੋੜੀ ਜਿਹੀ ਸ਼ਾਂਤੀ ਬਖਸ਼ੋ ਵੀਰ ਜੀ। ਜਿੰਨਾ ਜਿੰਨਾ ਸਮਾਂ ਮਿਲਿਆ, ਮੇਰੇ ਤੋਂ ਪਹਿਲਾਂ ਭੈਣ ਨੇ ਬੋਲਿਆ, ਮੇਰੇ ਵੀਰਾਂ ਨੇ ਬੋਲਿਆ ਹੈ ਵੀ ਆਪਾਂ ਇਹਨੂੰ ਸ਼ਾਂਤੀ ਦੇ ਨਾਲ, ਸ਼ਾਂਤੀ ਬੜੀ ਜ਼ਰੂਰੀ ਹੈ ਕਿਉਂਕਿ ਹਰੇਕ ਬੁਲਾਰੇ ਦੀ ਗੱਲ ਸੁਣਨੀ ਬੜੀ ਜ਼ਰੂਰੀ ਹੈ। ਹਰ ਕੋਈ ਬੰਦਾ ਆਪੋ ਆਪਣੇ ਵਲਵਲੇ ਲੈ ਕੇ ਇੱਥੇ ਪਹੁੰਚਿਆ ਹੈ ਤੇ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੋਂ ਸ਼੍ਰੋਮਣੀ ਰਾਗੀ ਸਭਾ ਸਾਰੇ ਜਿੰਨੇ ਉੱਥੇ ਕੀਰਤਨ ਕਰਦੇ ਨੇ ਵੀਰ, ਜਿਹੜੇ ਸਮੇਂ ਸਮੇਂ ਸਿਰ ਇੱਥੇ ਆ ਵੀ ਰਹੇ ਨੇ, ਆਪੋ ਆਪਣੀ ਹਾਜ਼ਰੀ ਲਵਾ ਰਹੇ ਨੇ, ਕਈ ਲਵਾ ਗਏ ਨੇ ਤੇ ਕਈਆਂ ਨੇ ਲਵਾਉਣੀ ਹੈ। ਤੇ ਮੈਂ ਇੱਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਨ ਆਇਆ ਤੇ ਮੇਰੇ ਹੋਰ ਵੀ ਬੁਲਾਰੇ ਜਿਹਨੇ ਸਾਡੇ ਕੌਮ ਦੀਆਂ ਧਾਰਮਿਕ ਸ਼ਖਸੀਅਤਾਂ ਨੇ, ਮੈਂ ਸਾਰਿਆਂ ਨੂੰ ਸੁਣਿਆ ਇੱਥੇ ਵੀ ਸਾਰੇ ਇੱਕੋ ਗੱਲ ਕਹਿ ਕੇ ਗਏ ਕਿ ਇਕੱਠ ਇਕੱਠ ਬੜਾ ਜ਼ਰੂਰੀ ਹੈ, ਉਹਨੂੰ ਤੁਸੀਂ ਕਾਇਮ ਰੱਖਿਓ, ਵਿਚਾਰਧਾਰਾ ਇੱਕ ਰੱਖਿਓ ਤੇ ਇਹ ਮੋਰਚਾ ਆਪਾਂ ਜਿੱਤ ਲੈਣਾ ਹੈ। ਬੋਲੇ ਮੈਂ ਕਹਿੰਦਾ ਵਾ ਇੱਕ ਗੱਲ, ਜਿੱਥੇ ਗੁਰੂ ਸ਼ਬਦ ਆ ਜਾਵੇ ਉੱਥੇ ਹਾਰ ਹੁੰਦੀ ਹੀ ਨਹੀਂ, ਜਿੱਥੇ ਗੁਰੂ ਸ਼ਬਦ ਆ ਜਾਵੇ ਉੱਥੇ ਹਾਰ ਹੁੰਦੀ ਨਹੀਂ। ਬਾਕੀ ਗੱਲਾਂ ਮੈਂ ਜ਼ਿਆਦਾ ਨਹੀਂ ਬੋਲਣੀਆਂ, ਥੋੜੀ ਜਿਹੀ ਮੈਂ ਇੱਥੇ ਆਪਣੀ ਹਾਜ਼ਰੀ ਲਵਾਉਣ ਆਇਆ ਸੀਗਾ। ਮੈਂ ਕਹਿੰਦਾ ਜਿੰਨੀ ਸੰਗਤ ਬੈਠੀ ਹੈ, ਮੇਰੇ ਨੌਜਵਾਨ ਵੀਰ ਜਿਨ੍ਹਾਂ ਦੇ ਆਪਾਂ ਜਦੋਂ ਵੀ ਵੀਡੀਓ ਦੇਖਦੇ ਸੀ ਨਾ, ਇਹਨਾਂ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਉਣ ਨੂੰ ਦਿਲ ਕਰਦਾ ਸੀਗਾ, ਜਿਵੇਂ ਬੈਰੀਅਰ ਟੱਪ ਕੇ ਆਏ ਨੇ ਵੀਰ। ਤੇ ਮੈਂ ਕਹਿੰਦਾ ਉਹ ਜਾਗ ਗਿਆ ਜੇ ਪੰਜਾਬ, ਮੈਂ ਕਹਿੰਦਾ ਜਾਗ ਗਿਆ ਪੰਜਾਬ। ਇੱਕ ਫਿਲਮ ਬਣੀ ਸੀ ਉੜਤਾ ਪੰਜਾਬ, ਕੱਲ ਮੈਨੂੰ ਇੱਕ ਗੱਲ ਕਹਿ ਰਿਹਾ ਸੀ ਕੋਈ ਵੀ ਇੱਕ ਵੀਰ ਜੀ ਇਹਨਾਂ ਨੇ ਫਿਲਮ ਬਣਾਈ ਸੀ ਉੜਤਾ ਪੰਜਾਬ, ਮੈਂ ਕਿਹਾ ਉੜਤਾ ਪੰਜਾਬ ਕਿਤੇ ਨਹੀਂ, ਪੰਜਾਬ ਉੜ ਕੇ ਗਿਆ ਕਿੱਥੇ ਆ, ਪੰਜਾਬ ਉੜ ਕੇ ਪਹੁੰਚ ਗਿਆ ਦਿੱਲੀ ਸਾਰਾ। ਤੇ ਜਿੰਨੇ ਵੀਰ ਬੈਠੇ ਹੋ, ਜਿੰਨੇ ਵੀਰ ਬੈਠੇ ਹੋ ਮੇਰੇ ਨਾਲ, ਮੈਂ ਕਹਿੰਦਾ ਇੱਥੋਂ ਇੱਕ ਸ਼ਬਦ ਪੜ੍ਹ ਕੇ, ਸ਼ਬਦ ਦੀ ਮੈਂ ਹਾਜ਼ਰੀ ਲਵਾ ਕੇ ਤੁਹਾਡੇ ਤੋਂ ਮੈਂ ਖਿਮਾ ਮੰਗ ਲੈਣੀ ਆ। ਇਹ ਮਹਾਂ ਪਵਿੱਤਰ ਮੰਚ ਬਣ ਗਿਆ ਅੱਜ, ਪਤਾ ਕਿਉਂ? ਇਹਨੇ ਸਾਰੇ ਵਰਗ ਔਰ ਸਾਰੇ ਧਰਮ ਇੱਕ ਕਰਕੇ ਰੱਖ ਦਿੱਤੇ ਨੇ, ਸਾਰੇ ਵਰਗ ਸਾਰੇ ਧਰਮ ਇੱਕ ਕਰਕੇ ਰੱਖ ਦਿੱਤੇ ਨੇ। ਮੈਂ ਇਸ ਮੰਚ ਨੂੰ ਮੱਥਾ ਟੇਕਣ ਆਇਆ ਸੀਗਾ ਕਿ ਜੋ ਆਪਾਂ ਕਹਿ ਕਹਿ ਕੇ ਥੱਕ ਗਏ, ਨਹੀਂ ਕਰ ਸਕੇ, ਅਕਾਲ ਪੁਰਖ ਨੇ ਆਪ ਹੀ ਕਾਰਨ ਬਣਾਇਆ ਸਾਰਿਆਂ ਨੂੰ ਇੱਕ ਕਰਨ ਦਾ, ਤੇ ਸਤਿਗੁਰ ਜੀ ਨੇ ਇੱਕ ਕਰਤੇ। ਵਾਹਿਗੁਰੂ ਕਿਰਪਾ ਕਰੇ, ਰੋਜ਼ ਅਰਦਾਸਾਂ ਕਰਦੇ ਹਾਂ ਆਪਾਂ ਉੱਥੇ ਸਾਰੇ, ਭਾਵੇਂ ਕਿਸੇ ਵੀ ਸਮਾਗਮ ਤੇ ਜਾਈਏ ਕਿਸਾਨ ਵੀਰਾਂ ਵਾਸਤੇ ਅਰਦਾਸਾਂ ਕਰਦੇ ਹਾਂ ਕਿਉਂਕਿ ਇਹਨਾਂ ਕਿਸਾਨ ਘਰਾਣਿਆਂ ਦੇ ਵਿੱਚੋਂ ਹੀ ਆਪਾਂ ਪੈਦਾ ਹੋਏ ਹਾਂ। ਬਹੁਤਾਤ ਦੇ ਵਿੱਚ ਆਪਾਂ ਜਿਹੜੇ ਸਾਰੇ ਸੇਵਾ ਕਰਦੇ, ਭਾਵੇਂ ਮੇਰੇ ਪ੍ਰਚਾਰਕ ਵੀਰ ਨੇ, ਭਾਵੇਂ ਰਾਗੀ ਸਭਾ ਨੇ, ਭਾਵੇਂ ਢਾਡੀ ਸਿੰਘ ਨੇ, ਸਾਰੇ ਕਿਸਾਨੀ ਦੇ ਨਾਲ ਬੜੀ ਗੂੜੀ ਤਰ੍ਹਾਂ ਜੁੜੇ ਨੇ, ਆਓ ਸਾਰੇ ਮਿਲ ਕੇ ਜਿੰਨੇ ਇੱਥੇ ਬੈਠੇ ਹੋ ਮੇਰੇ ਵੀਰ, ਸਾਰਿਆਂ ਦੇ ਵੱਲੋਂ ਆਵਾਜ਼ ਆਉਣੀ ਚਾਹੀਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਮੈਂ ਸ਼ਬਦ ਪੜ੍ਹਨਾ ਹੈ, ਤੁਸੀਂ ਨਾਲ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬੋਲਣਾ ਹੈ, ਕੋਈ ਵੀ ਰਸਨਾ ਵਾਂਝੀ ਨਾ ਰਹੇ ਜਿੰਨੇ ਵੀ ਬੈਠੇ। ਮੇਰੇ ਵੀਰਾਂ ਵੱਲੋਂ ਬੇਨਤੀ ਆਈ ਹੈ ਵੀ ਸਾਰੇ ਬਹਿ ਕੇ ਸ਼ਾਂਤੀ ਸ਼ਾਂਤੀ ਜ਼ਰੂਰ ਰੱਖੋ। ਸਾਡੀਆਂ ਨਿਹੰਗ ਸਿੰਘ ਫੌਜਾਂ ਇੱਥੇ ਬੈਠੀਆਂ ਨੇ, ਮੈਂ ਕਹਿੰਦਾ ਧੰਨ ਨੇ ਸਾਰੇ ਵੀਰ ਨੌਜਵਾਨ, ਖਾਸ ਕਰਕੇ ਧੰਨ ਨੇ ਨੌਜਵਾਨ ਜਿਨ੍ਹਾਂ ਨੇ ਹਿੰਮਤ ਵਿਖਾਈ ਹੈ ਤੇ ਜਿਨ੍ਹਾਂ ਨੇ ਵਿਖਾ ਦਿੱਤਾ ਤੇ ਪੰਜਾਬ ਹੁੰਦਾ ਕੀ ਹੈ, ਪੰਜਾਬ ਕੀ ਹੈ, ਆਓ ਸਾਰੇ ਮਿਲ ਕੇ ਪੜ੍ਹੀਏ। ਨਾ ਸਰੋ ਮਨਸੂਰ ਏਜ ਦੀ ਮਨਜ਼ੂਰ ਹੱਕ ਰਾਂ ਜੰਦੂਰ ਜੁਮਲਾ ਫੈਜ਼ੇ ਨੂਰ ਹੱਕ ਹੱਕ ਅਦਾ ਔਰ ਸ਼ਾਹੀ ਸ਼ਹਿਨਸ਼ਾਹ ਦਰਦੋ ਆਲਮ ਸ਼ਾਹ ਖਸਮ ਰਾਜਾ ਕਾ ਫਾਇਜ਼ੁਲ ਅਨਵਾਰ ਕਾਸਮੁਲ ਅਸਰਾਰ ਹੱਕ ਹੱਕ ਅਦਾ ਸ਼ਾਹੀ ਸ਼ਹਿਨਸ਼ਾਹ। ਵੀਰੋ ਸਾਡੀ ਹਾਜ਼ਰੀ ਪ੍ਰਵਾਨ ਕਰਿਓ ਸਾਰੇ ਰਾਗੀ ਸਿੰਘਾਂ ਦੀ, ਜਿਹੜੇ ਸਤਿ ਸ੍ਰੀ ਜਿਹੜੇ ਸ੍ਰੀ ਦਰਬਾਰ ਸਾਹਿਬ ਕੀਰਤਨ ਕਰਦੇ, ਤੇ ਇਹ ਨਾ ਸੋਚੋ ਵੀ ਕੀਰਤਨ ਹੀ ਕਰਦੇ ਆ ਸਿਰਫ, ਉੱਥੇ ਵੀ ਸ਼ਬਦ ਪੜੇ ਗਏ ਨੇ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ। ਤੇ ਤੁਹਾਡੀ ਜਿੱਤ ਦੀਆਂ ਅਰਦਾਸਾਂ, ਤੁਹਾਡੀ ਜਿੱਤ ਦੀ ਅਰਦਾਸਾਂ ਦਾ ਉੱਥੇ ਚੱਲ ਰਹੀ ਹੈ, ਗੁਰੂ ਕਿਰਪਾ ਕਰੇ ਜਿਹੜੇ ਆ ਗਏ ਨੇ ਸਾਡੇ ਰਾਗੀ ਸਿੰਘ ਉਹਨਾਂ ਦੀ ਵੀ ਪ੍ਰਵਾਨ ਕਰਿਓ ਹਾਜ਼ਰੀ, ਜਿਹੜੇ ਵਾਰੀ ਵਾਰੀ ਆ ਰਹੇ ਨੇ ਤੇ ਜਿਹੜੇ ਨਾ ਵੀ ਪਹੁੰਚ ਸਕੇ ਉਹਨਾਂ ਦੀ ਵੀ ਹਾਜ਼ਰੀ ਪ੍ਰਵਾਨ ਕਰਿਓ ਕਿਉਂਕਿ ਆਪਾਂ ਸਾਰੇ ਵੱਖਰੇ ਨਹੀਂ ਹਾਂ, ਇੱਕ ਹੀ ਹਾਂ ਸਾਰੇ। ਇੰਨੀ ਮੇਰੀ ਹਾਜ਼ਰੀ ਪ੍ਰਵਾਨ ਕਰਿਓ, ਤੁਹਾਡੇ ਚਰਨਾਂ ਦੇ ਵਿੱਚ ਸੀਸ ਨਿਵਾਉਂਦੇ ਹਾਂ ਕਿਉਂਕਿ ਜਿਹੜੇ ਵੀਰ ਇੱਥੇ ਬੈਠੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਇੱਥੇ ਬਹਿ ਕੇ ਲੜਨਾ ਬੜਾ ਔਖਾ ਹੈ। ਤੇ ਮੇਰੇ ਵੀਰ ਮੈਂ ਇੱਥੇ ਆਪਣੇ ਨੰਬਰ ਵੀ ਨੋਟ ਕਰਾ ਕੇ ਜਾਣੇ ਨੇ, ਜਿਸ ਵੇਲੇ ਜਿਸ ਤਰ੍ਹਾਂ ਦੀ ਵੀ ਸਾਡੀ ਸੇਵਾ ਦੀ ਲੋੜ ਹੈ ਆਪਾਂ ਇੱਥੇ ਹਾਜ਼ਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।